ਸਤਿਗੁਰ
ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਹਰ ਨਾਮਾ ਜਿਨ ਕੋ ਕਰਮ ਲਿਖੀ ਤਿਨ ਹਿਰਦੇ ਸਮਾਣੀ ਰਾਮ ਕਹਾਣੀ ਇਤਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮੁਰਥੀਆਂ ਫਿਰ ਨਾ ਮੁਆ ਕਲੇਸ਼ਾ ਦੁਖ ਹਰ ਸ਼ਰਨ ਪਾਈ ਤਜ ਨਾ ਜਾਈ ਹਰ ਸ਼ਰਨ ਪਾਈ ਤਜ ਨਾ ਦਿਨ ਵੀ ਗਾਓ ਇਹ ਬਾਣੀ ਦਿਨ ਵੀ ਗਾਓ ਰਹਿਣੀ ਗਾਓ ਸਦਾ ਗਾਓ ਇਹ ਬਾਣੀ ਦਿਨ ਵੀ ਗਾਓ ਸਾਸ ਸਾਸ ਰਸਨਾ ਇਹ ਬਾਣੀ ਸੰਗ ਚਲਨ ਕੋ ਤੋ ਸਾਦੀਨਾ ਇਹ ਬਾਣੀ ਨਾਲ ਜਾਣ ਵਾਲਾ ਸਫ਼ਰ ਖਰਚ ਰਸਤੇ ਦੀ ਖੁਰਾਕ ਸੰਗ ਚਲਨ ਕੋ ਤੋ ਸਾਦੀਨਾ ਇਹ ਬਾਣੀ ਅੰਮ੍ਰਿਤ ਬਾਣੀ ਹਰ ਹਰ ਤੇ ਸੁਣ ਸੁਣ ਹੋਏ ਪਰਮ ਗਤ ਮੇਰੇ
ਕਰਮ ਗਤ ਮੇ ਸੁਣ ਸੁਣ ਹੋਵੇ ਪਰਮ ਗਤ ਮੇਰੀ ਦੁੱਖ ਰੋਗ ਸੰਤਾਪ ਉਤਰੇ ਸੁਣ ਕੇ ਤਾਂ ਦੇਖ ਅਜੇ ਤੱਕ ਤੂੰ ਸੁਣਦਾ ਨਹੀਂ ਬਾਣੀ ਨਹੀਂ ਸੁਣਦਾ ਅੱਖਰ ਲਿਖੇ ਹੀ ਗਾਉਣਾ ਤੇ ਅੱਖਰ ਲਿਖੇ ਹੀ ਸੁਣਨਾ ਬਾਣੀ ਨਹੀਂ ਕਿਉਂਕਿ ਬਾਣੀ ਸਿਰਫ ਸੁਣੀ ਨਹੀਂ ਜਾਂਦੀ ਨਾਲ ਜਾਣੀ ਵੀ ਜਾਂਦੀ ਦੁਨੀਆਂ ਦੀ ਕੋਈ ਚੀਜ਼ ਤੇਰੇ ਸਾਹਮਣੇ ਆਏ ਤੂੰ ਬਿਨਾਂ ਜਾਣੇ ਉਸਨੂੰ ਹੱਥ ਵੀ ਨਹੀਂ ਲਗਾਉਣਾ ਚਾਹੁੰਦਾ ਰਾਹ ਜਾਂਦੇ ਕੋਈ ਚੀਜ਼ ਪਈ ਹੋਵੇ ਪਹਿਲਾਂ ਜਾਣਨਾ ਚਾਹੁੰਦਾ ਕਿ ਇੱਥੋਂ ਤੱਕ ਭੋਜਨ ਬਣਾ ਕੇ ਥਾਲ ਪਰੋਸ ਕੇ ਕੋਈ ਤੇਰੇ ਸਾਹਮਣੇ ਰੱਖੇ ਹਰ ਚੀਜ਼ ਨੂੰ ਵਰਤਣ ਤੋਂ ਪਹਿਲਾਂ ਛਕਣ ਤੋਂ ਪਹਿਲਾਂ ਜਾਣਨਾ ਚਾਹੁੰਦਾ ਹੈ ਕਿ ਜ਼ਿੰਦਗੀ ਗੁਜ਼ਰ ਗਈ ਤੈਨੂੰ ਜਪਜੀ ਸਾਹਿਬ ਦਾ ਪਾਠ ਕਰਦਿਆਂ ਤੇ ਸੁਣਦਿਆਂ ਤੂੰ ਜਾਣਨਾ ਹੀ ਨਹੀਂ ਚਾਹਿਆ ਹੈ ਕਿ ਕਦੀ ਜਾਣੇ ਦੀ ਕੋਸ਼ਿਸ਼ ਕੀਤੀ ਜਪਜੀ ਕੀ ਜੀਵਨ ਗੁਜ਼ਰ ਗਿਆ ਜ਼ਿੰਦਗੀ ਗੁਜ਼ਰ ਗਈ ਹੈ ਤੈਨੂੰ ਸੁਖਮਣੀ ਸਾਹਿਬ ਦਾ ਪਾਠ ਸੁਣਦੇ ਹਾਂ ਖੁਸ਼ਕਿਸਮਤੀ ਨਾਲ ਹੋ ਸਕਦਾ ਰਹਿ ਰਾਸ ਦਾ ਸ਼ਾਮਾਂ ਦਾ ਨਿਤਨੇਮ ਵੀ ਤੇਰਾ ਹੋ ਸੁਣਨ ਲੱਗਿਆ ਕਦੀ ਤੂੰ ਕੀਰਤਨ ਸੋਹਰੇ ਦਾ ਪਾਠ ਵੀ ਸੁਣ ਲਿਆ ਹੋ ਪਰ ਕਦੀ ਜਾਣੇ ਹੀ ਹੈ ਕਿ ਦੁਨੀਆਂ ਦੀ ਹਰ ਚੀਜ਼ ਨੂੰ ਜਾਣਨਾ ਚਾਹੁੰਦਾ ਕਦੀ ਤੂੰ ਜਾਣਨਾ ਹੀ ਨਹੀਂ ਚਾਹਿਆ ਹੈ ਕਿ ਨਾ ਜਾਣਾ ਇਹੋ ਕਾਰਨ ਹੈ ਤੂੰ ਇੱਕ ਇਹ ਵੀ ਕਵਿਤਾ ਹੀ ਸਮਝ ਛੱਡੀ ਇੱਕ ਗੀਤ ਹੀ ਸਮਝ ਛੱਡਿਆ ਜਿਹੜਾ ਸੁਣ ਲਿਆ ਹਜ਼ੂਰ ਕਹਿੰਦੇ ਨੇ ਲੋਕ ਜਾਣੇ ਲੋਕ ਜਾਣੇ ਇਹ ਗੀਤ ਹੈ ਇਹ ਬਾਣੀ ਜੋ ਜੀਓ ਜਾਣੇ
ਸੰਨਿਆਸੀ ਉਪਦੇਸ਼ ਹੋਏ ਮਨ ਸੁਮਰਤੀ ਬਾਣ ਕੋਈ ਗਾਵੇ ਕੋਈ ਗਾਵੇ ਕੋ ਸੁਣੇ ਇਹ ਬਾਣੀ ਹਜ਼ੂਰ ਮੈਂ ਤਾਂ ਗਾਉਣਾ ਵੀ ਹਾਂ ਤੇ ਸੁਣਨਾ ਵੀ ਤੁਸੀਂ ਆਖਦੇ ਹੋ ਤੂੰ ਜਾਣਦਾ ਹੀ ਨਹੀਂ ਗਾਉਣਾ ਵੀ ਹਾਂ ਤੱਕ ਇਹਦਾ ਮਤਲਬ ਜਾਣਨਾ ਕੁਝ ਹੋਰ ਹੈ ਜੇ ਜਪ ਜੀ ਗਾਉਣ ਦਾ ਨਾਮ ਹੀ ਗਾਉਣਾ ਹੋਵੇ ਤਾਂ ਜ਼ਿੰਦਗੀ ਭਰ ਗਾਉਂਦੇ ਰਹੇ ਹਾਂ ਪਤਾ ਹੀ ਨਹੀਂ ਜਪ ਜੀ ਕੀ ਹਜ਼ੂਰ ਨੇ ਇਸ ਗੱਲ ਨੂੰ ਬੜਾ ਵੱਡਾ ਭੁਲੇਖਾ ਆਖਿਆ ਬੜੀ ਵੱਡੀ ਜ਼ਿੰਦਗੀ ਦੀ ਗਲਤੀ ਆਖਿਆ ਬੜੀ ਵੱਡੀ ਜੀਵਨ ਦੀ ਘਾਟ ਆਖਿਆ ਜਿਹੜੀ ਕਦੀ ਪੂਰੀ ਨਹੀਂ ਹੋ ਸਕਦੀ ਕਈ ਵਾਰ ਅਸੀਂ ਇੰਨੀ ਗੱਲ ਆਖ ਦਿੰਦੇ ਹਾਂ ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾ ਬਾਣੀ ਮੈਂ ਤਾਂ ਜੋ ਲਿਖਿਆ ਉਹੀ ਗਾਉਣਾ ਹੋਰ ਨਹੀਂ ਜਾਣਾ ਨਹੀਂ ਇਸ ਦੇ ਅਰਥ ਇਹ ਨਹੀਂ ਹਜ਼ੂਰ ਤਾਂ ਤਾਨਾ ਦੇ ਰਹੇ ਕਹਿੰਦੇ ਨੇ ਤੂੰ ਅੱਖਰ ਲਿਖੋ ਹੀ ਜ਼ਿੰਦਗੀ ਭਰ ਗਾਉਂਦਾ ਰਿਹਾ ਆ ਜਿਹੜਾ ਮੈਂ ਰੋਜ਼ ਗੁਟਕੇ ਤੇ ਪਾਠ ਕਰ ਲੈਂਦਾ ਨਾ ਜਪਜੀ ਸਾਹਿਬ ਦਾ ਇਹ ਅੱਖਰ ਲਿਖੇ ਹੀ ਗਾਣਾ ਪਤਾ ਹੀ ਨਹੀਂ ਬਾਣੀ ਕੀ ਸਿਆਰੀਆਂ ਪਿਆਰੀਆਂ ਪੂਰੀਆਂ ਕਰ ਲੈਣਾ ਸਭ ਕੁਝ ਐਸੇ ਵੀ ਲੋਕ ਨੇ ਜਿਹੜੇ ਸਿਆਰੀਆਂ ਪਿਆਰੀਆਂ ਦੀ ਗਿਣਤੀ ਵਿੱਚ ਹੀ ਪੈ ਰਹਿੰਦੇ ਨੇ ਤੇ ਇੰਨਾ ਕੁ ਦੱਸ ਵੀ ਦਿੰਦੇ ਨੇ ਜੱਬੀ ਸਾਹਿਬ ਚ ਇੰਨੀਆਂ ਤੇ ਸਿਆਰੀਆਂ ਲੱਗਦੀਆਂ ਨੇ ਇੰਨੇ ਕੁ ਅੱਖਰ ਲੱਗਦੇ ਨੇ ਇੰਨੀਆਂ ਕੁ ਬਿਹਾਰੀਆਂ ਔਂਕੜ ਲੱਗਦੇ ਨੇ ਬਸ ਗਿਣਤੀ ਹਜ਼ੂਰ ਆਖਣ ਲੱਗੇ ਮੇਰੇ ਸਾਹਿਬਾ ਮੇਰੇ ਸਾਹਿਬਾ ਹੋ ਆਪੇ ਭਰਮ ਭੁਲਾਣੀ ਆਹ ਤੁਕ ਪਹਿਲਾਂ ਪੜ੍ਹੀ ਫਿਰ ਪਤਾ ਲੱਗਦਾ ਇਹਦੇ ਅਰਥ ਕੀ ਅਗਲੀ ਤੋਂ ਹੇ ਮੇਰੇ ਸਾਹਿਬ ਮੈਂ ਤਾਂ ਆਪੇ ਹੀ ਭੁੱਲ ਗਈ ਸਾਰੀ ਜ਼ਿੰਦਗੀ ਅੱਖਰ ਹੀ ਪੜਦੀ ਗਈ ਜਾਣ ਨਾ ਸਕੀ ਜਪਜੀ ਕੀ ਮੇਰੇ ਸਾਹਿਬਾ ਹੋ ਆਪੇ ਭਰਮ ਭੁਲਾਣੀ ਹੋ ਆਪੇ ਭਰਮ ਭੁਲਾਣੀ ਅੱਖਰ ਲਿਖੇ ਸੇ ਗਾਵਾਂ ਜ਼ਰੂਰਤ ਤਾਂ ਜੀਓ ਜਾਣਨ ਦੀ ਸੀ ਸਿਰਫ ਜ਼ਬਾਨੋਂ ਪੜ੍ਹਨ ਦੀ ਨਹੀਂ ਸੀ ਜੀਓ ਜਾਣਨ ਦੀ ਲੋੜ ਸੀ ਬਾਣੀ ਗੁਰੂ ਦਾ ਪੁਰਬ ਮਨਾ ਰਿਹਾ
ਉੱਤੇ ਚਿੱਤ ਕਰਦਾ ਹੈ। ਸ਼ਬਦ ਅੱਜ ਸਮਾਪਤ ਨਾ ਕਰਦੇ, ਜਿਸ ਬਹਿਰ ਵਿੱਚ ਜਿਸ ਵਹਿਣ ਵਿੱਚ ਤੁਰ ਪਵਾਂ ਉਸ ਪਾਸੇ ਹੀ ਹੋਰ ਹੋਰ ਕੁਝ ਕਹਿਣ ਨੂੰ ਚਿੱਤ ਕਰਦਾ ਰਹਿੰਦਾ। ਤੇ ਕੱਲ ਨੂੰ ਵੀ ਜਿਹੜਾ ਆਪਣਾ ਦੁਪਹਿਰ ਦਾ ਸਮਾਂ ਹੈ ਇਸ ਸ਼ਬਦ ਤੇ ਲਗਾ ਲਾਂਗੇ। ਸ਼ਬਦ ਵਿੱਚ ਜ਼ਿਆਦਾ ਸਮਾਂ ਨਾ ਗੁਜ਼ਰੇਗਾ, ਪ੍ਰਮਾਣਾ ਵਿੱਚ ਕੱਲ ਵੀ ਚਿੱਤ ਕਰਦਾ ਇਹੋ ਪੜੀ। ਬਾਣੀ ਕੀ, ਬਾਣੀ ਨਾਲ ਸਾਡਾ ਸੰਬੰਧ ਕੀ, ਕਿੱਥੋਂ ਤੱਕ ਸਾਡਾ ਲਗਾਓ ਇਹ ਬਾਣੀ ਨਾਲ ਤੇ ਕਿੱਥੋਂ ਤੱਕ ਚਾਹੀਦਾ। ਹਜ਼ੂਰ ਕਹਿੰਦੇ ਨੇ ਮੇਰੇ ਸਾਹਿਬਾ ਹੋ ਆਪੇ ਪਰਮ ਭੁਲਾਰੀ, ਅੱਖਰ ਲਿਖੇ ਸੇ ਗਾਵਾਂ ਅਵਰ ਨਾ ਜਾਣਾ ਬਾਣੀ, ਇਹ ਬਾਣੀ ਜੋ ਜੀਓ ਜਾਣੀ, ਇਹ ਬਾਣੀ ਜੋ ਜੀਓ ਜਾਣੇ, ਕਿਸ ਅੰਤਰ ਰਵੇ ਹਰ ਨਾਮਾ ਗੁਰਬਾਣੀ ਗੁਰਬਾਣੀ।